ਆਖਿਆ ਹੈ। ਲੈ ਉੱਥੇ ਹੀ ਪਤਾ ਲੱਗ ਜਾਣਾ ਕੁਰਬਾਨੀ ਦਾ। ਅਤੇ ਪ੍ਰੋਗਰਾਮ ਤਾਂ ਇਹ ਹੁੰਦਾ ਵੀ ਰਿਸ਼ਤੇਦਾਰ ਵੀ ਆਉਣ ਅਤੇ ਇੱਕ ਦਿਨ ਕਬਾਬ ਬਣਾਉਣੇ ਨੇ, ਅਤੇ ਰਿਸ਼ਤੇਦਾਰ ਆਉਣ ਅਤੇ ਇੱਕ ਦਿਨ ਕੜਾਹੀ ਬਣਾਉਣੀ ਹੈ, ਅਤੇ ਫਲਾਣਾ ਆਵੇ ਅਤੇ ਇਹ ਕਰਨਾ, ਅਤੇ ਉਹ ਆਵੇ ਅਤੇ ਇਹ ਕਰਨਾ। ਇਹ ਚੰਗੀ ਕੁਰਬਾਨੀ ਪਈ ਹੁੰਦੀ, ਕੁਰਬਾਨੀ ਹੈ ਕਿ ਮੌਜਾਂ ਹੁੰਦੀਆਂ ਨੇ ਪਈਆਂ। ਕੁਰਬਾਨੀ ਸਿਖਾਉਂਦੀ ਹੈ ਕੁਝ ਕੁਰਬਾਨ ਕਰੋ, ਅਤੇ ਸ਼ੁਰੂ ਕਰੋ ਗੋਸ਼ਤ ਤੋਂ, ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਅੰਦਰ ਵਾਲਾ ਬੇਲੀ ਹੈ ਨਾ, ਅੰਦਰ ਵਾਲਾ, ਪਹਿਲੇ ਤੇ ਛੁਰੀ ਰੱਖੀ ਛਤਰੇ ਦੀ ਧੌਣ ਤੇ, ਅਤੇ ਫਿਰ ਜਨਾਬ ਜਿਹੜਾ ਅੰਦਰ ਭਲਿਆ ਬੈਂ ਬੈਂ ਕਰਦਾ ਪਿਆ, ਕਾਬੂ ਨਹੀਂ ਪਿਆ ਆਉਂਦਾ, ਜ਼ਰਾ ਰੱਖ ਇਹਦੀ ਧੌਣ ਤੇ। ਮਹਿਰ ਸਾਹਿਬ ਆਖਿਆ, ਨਫਸ ਥੀ ਰੋਜ਼ ਹਿਸਾਬ ਲਈਏ, ਨਫਸ ਥੀ ਰੋਜ਼ ਹਿਸਾਬ ਲਈਏ, ਫਿਰ ਖਤਰਾ ਰੋਜ਼ੇ ਹਿਸਾਬ ਕਿਆ। ਮਾਰੇ ਨਫਸ ਤੇ ਹੁਕਮ ਦੇ ਵਿੱਚ ਰੱਖੇ, ਮਾਰੇ ਨਫਸ ਤੇ ਹੁਕਮ ਦੇ ਵਿੱਚ ਰੱਖੇ, ਬਾਦ ਮਰਨ ਦੇ ਫੇਰ ਅਜ਼ਾਬ ਕਿਆ। ਕਰੇ ਜ਼ੁਹਦ ਇਬਾਦਤਾਂ ਸ਼ਾਨ ਬਦਲੇ, ਮੰਗੇ ਰੱਬ ਥੀ ਫੇਰ ਸਵਾਬ ਕਿਆ। ਤਾਬੇ ਨਫਸ ਦੀ ਮਹਿਰ ਹਮੇਸ਼ ਰਿਓ, ਤਾਬੇ ਨਫਸ ਦੀ ਮਹਿਰ ਹਮੇਸ਼ ਰਿਓ, ਪੁੱਛ ਰੱਬ ਤੇ ਦੇਵੇਂ ਜਵਾਬ ਕਿਆ। ਦੋਸਤਾਂ ਨੇ ਅਜ਼ੀਜ਼, ਕੁਰਬਾਨੀ ਸਿਖਾਉਂਦੀ ਹੈ ਕੁਝ ਕੁਰਬਾਨ ਕਰ। ਸਭ ਤੋਂ ਪਹਿਲੇ ਆਪਣੀ ਖਾਹਿਸ਼ਾਤ ਨੂੰ ਕੁਰਬਾਨ ਕਰ। ਇਹ ਛਤਰੇ ਦੀ ਧੌਣ 'ਤੇ ਤਾਂ ਛੁਰੀ ਰੱਖ ਲਈ ਹੋ, ਜਿਹੜਾ ਅੰਦਰ ਪਾਲਿਆ ਹੀ ਅਸਲ ਕੁਰਬਾਨੀ ਇਹਦੀ ਹੋ। ਇਹ ਕੁਰਬਾਨੀ ਸਬਕ ਦੇਣ ਦੀ ਇਹ ਜ਼ਿੰਦਗੀ ਦੇ ਹਰ ਸ਼ੋਭੇ ਵਿੱਚ ਕੁਰਬਾਨੀ ਸਿੱਖ ਜਾ।